ਤੁਹਾਨੂੰ ਸਵੇਰ ਦਾ ਦੱਸਿਆ ਵੀ ਨਹੀਂ ਆ ਸਰਪੰਚ ਨੂੰ ਦੱਸ ਦਿੱਤਾ ਇਹਨਾਂ ਨੇ ਜਾ ਕੇ ਕਿ ਉਹਨੂੰ ਟਾਈਕ ਹੋ ਗਿਆ ਵਾ ਤੇ ਅਸੀਂ ਵੇਖੇ ਨਿਸ਼ਾਨ ਨਿਸ਼ੂਨ ਪਏ ਆ ਵੀ ਉਹ ਬਚਦੀ ਰਹੀ ਆ ਆਪਣੇ ਆਪ ਤੋਂ ਵੀ ਮੈਂ ਬਚਾਵਾਂ ਆਪਣੇ ਆਪ ਨੂੰ ਤੁਸੀਂ ਕੀ ਵੇਖਿਆ ਜਾ ਕੇ ਉੱਥੇ ਮੈਂ ਵੇਖਿਆ ਜੀ ਉੱਥੇ ਮਤਲਬ ਕਿ ਮੁੰਡੇ ਦੇ ਜਿਹੜਾ ਮੁੰਡਾ ਸੀ ਉਹਦੇ ਘਰੋਂ ਘਾਂਡ ਵੱਜੇ ਸੀ ਕੁੜੀ ਦੇ ਵੀ ਗਲ ਦੇ ਵਿੱਚ ਜਿਹੜਾ ਕੋਈ ਆਮ ਗਲਾਂ ਦੇ ਨਿਸ਼ਾਨ ਨਿਸ਼ੂਨ ਸੀ ਕੁੜੀ ਦੇ ਨਾਲ ਗੱਲਬਾਤ ਕਰਦਾ ਹੁੰਦਾ ਸੀਗਾ ਅਤੇ ਉਹਨੇ ਵਿਆਹ ਮਤਲਬ ਕਿ ਇੱਕ ਦੋ ਵਾਰਾਂ ਉਹਨੇ ਨਾ ਘਰੋਂ ਸਾਡੇ ਆਉਂਦਾ ਰਿਹਾ ਇੱਕ ਦੋ ਵਾਰਾਂ ਜਦੋਂ ਘਰ ਆਇਆ ਕਿਹੜੀ ਤਰੀਕ ਦਾ ਵਿਆਹ ਕੀਤਾ ਤੁਸੀਂ 21 ਤਰੀਕ ਨੂੰ ਵਿਆਹ ਕੀਤਾ ਕਿੰਨੇ ਦਿਨ ਹੋ ਗਏ ਵਿਆਹ ਹੋਏ ਨੂੰ 21 ਤਰੀਕ ਨੂੰ ਅਜੇ 15 ਦਿਨ ਨਹੀਂ ਹੋਏ ਜੀ ਤੇ ਆ ਕੀ ਹੋਈ ਤੁਹਾਡੀ ਲੜਕੀ ਨਾਲ ਜਿਹੜੀ ਉਹਦੀ ਹੱਤਿਆ ਕੀਤੀ ਗਈ ਸਾਰਾ ਮਾਮਲਾ ਕੀ ਆ ਸਰ ਮੈਨੂੰ ਨਾ ਪਰਸੋਂ ਉਹਨਾਂ ਨੇ ਫੋਨ ਆਇਆ ਸੀਗਾ ਕੁੜੀ ਦਾ ਕੀ ਆਇਆ ਸੀ ਫੋਨ ਕੀਤਾ ਸੀ ਜੀ ਵੀ ਮੇਰੇ ਜਿਹੜੇ ਘਰ ਵਾਲੇ ਸਾਰੇ ਮੈਨੂੰ ਤੰਗ ਕਰਦੇ ਆ ਪਹਿਲਾਂ ਉਹਨੇ ਆਪਦੀ ਮਤਲਬ ਕਿ ਮੁੰਡੇ ਨੇ ਪਤਾ ਨਹੀਂ ਕੀ ਗੱਲ ਕੁੜੀ ਦੇ ਨਾਲ ਗੱਲਬਾਤ ਕਰਦਾ ਹੁੰਦਾ ਸੀਗਾ ਅਤੇ ਉਹਨੇ ਵਿਆਹ ਮਤਲਬ ਕਿ ਇੱਕ ਦੋ ਵਾਰਾਂ ਉਹਨੇ ਨਾ ਘਰੋਂ ਸਾਡੇ ਆਉਂਦਾ ਰਿਹਾ ਇੱਕ ਦੋ ਵਾਰਾਂ ਜਦੋਂ ਘਰ ਆਇਆ ਫਿਰ ਉਹਨਾਂ ਮੈਂ ਕੋਈ ਕਿਸੇ ਤੋਂ ਸਲਾਹ ਲਈ ਕਿਹੜੀ ਤਰੀਕ ਦਾ ਵਿਆਹ ਕੀਤਾ ਤੁਸੀਂ 21 ਤਰੀਕ ਨੂੰ ਵਿਆਹ ਕੀਤਾ ਜੀ ਕਿੰਨੇ ਦਿਨ ਹੋ ਗਏ ਵਿਆਹ ਹੋਏ ਨੂੰ 21 ਤਰੀਕ ਨੂੰ ਅਜੇ 15 ਦਿਨ ਨਹੀਂ ਹੋਏ ਜੀ 15 ਦਿਨ ਨਹੀਂ ਹੋਏ ਤੇ ਹੁਣ ਅੱਜ ਤੁਹਾਨੂੰ ਕਿਦੋਂ ਪਤਾ ਲੱਗਾ ਵੀ ਤੁਹਾਡੀ ਕੁੜੀ ਨੂੰ ਮਾਰਤਾ ਉਹਨਾਂ ਅੱਜ 1:15 ਜੀ ਮੈਨੂੰ ਫੋਨ ਕੀਤਾ ਸਰਪੰਚ ਨੇ ਮਨਦੀਪ ਸਰਪੰਚ ਨੇ ਕੀਤਾ ਜੀ ਹਾਂਜੀ ਕੀ ਕਿਹਾ ਉਹਨਾਂ ਉਹ ਕਹਿੰਦਾ ਵੀ ਅਟੈਕ ਹੋ ਗਿਆ ਜੀ ਕੁੜੀ ਨੂੰ ਤੇ ਫਿਰ ਤੁਸੀਂ ਗਏ ਉੱਥੇ ਹਾਂਜੀ ਗਏ ਹਾਂਜੀ ਅਸੀਂ ਮਤਲਬ ਕਿ ਤੁਸੀਂ ਕੀ ਵੇਖਿਆ ਜਾ ਕੇ ਉੱਥੇ ਮੈਂ ਵੇਖਿਆ ਜੀ ਉੱਥੇ ਮਤਲਬ ਕਿ ਮੁੰਡੇ ਦੇ ਜਿਹੜਾ ਮੁੰਡਾ ਸੀ ਉਹਦੇ ਘਰੋਂ ਘਾਂਡ ਵੱਜੇ ਸੀ ਕੁੜੀ ਦੇ ਵੀ ਗਲ ਦੇ ਵਿੱਚ ਜਿਹੜਾ ਕੋਈ ਆਮ ਗਲਾਂ ਦੇ ਨਿਸ਼ਾਨ ਨਿਸ਼ੂਨ ਸੀਗੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਥਾਣੇ ਆਏ ਹਾਂਜੀ ਨਹੀਂ ਜੀ ਪਹਿਲਾਂ ਹੀ ਆ ਗਏ ਹਾਂਜੀ ਥਾਣੇ ਹਾਂਜੀ ਪਹਿਲਾਂ ਹੀ ਆ ਗਏ ਥਾਣੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਜੀ ਪੁਲਿਸ ਤੋਂ ਮੰਗ ਕਰਦੇ ਹਾਂ ਜੀ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਨਹੀਂ ਤੁਸੀਂ ਕੀ ਚਾਹੁੰਦੇ ਕਿ ਉਹਨਾਂ ਨੇ ਫਾਹ ਉਹਨਾਂ ਨੇ ਦਿੱਤਾ ਜੀ ਹਾਂਜੀ ਉਹਨਾਂ ਨੇ ਦਿੱਤਾ ਜੀ ਸਾਰੇ ਟੱਬਰ ਨੇ ਉਹਨਾਂ ਨੇ ਮਾਰੀ ਆ ਜੀ ਇਕੱਲੇ ਘਰੇ ਦਾ ਤੇ ਕੰਮ ਹੀ ਕਿੰਨੇ ਕੌਣ ਕੌਣ ਹੈ ਉਹਨਾਂ ਦੇ ਪਰਿਵਾਰ ਦੇ ਜਿਹੜੇ ਉਹਦੀ ਮਾਂ ਵਾ ਜੀ ਉਹਦੀ ਮਾਂ ਵਾ ਜੀ ਤੇ ਉਹਦਾ ਪਿਓ ਵਾ ਜੀ ਇੱਕ ਉਹਦਾ ਭਰਾ ਵਾ ਜੀ ਤੇ ਇੱਕ ਇਹ ਮੁੰਡਾ ਆ ਪਿਆ ਜੀ ਮੁੰਡੇ ਦਾ ਕੀ ਨਾਮ ਆ ਮੁੰਡੇ ਦਾ ਨਾਂ ਆਕਾਸ਼ ਕਾਸ਼ ਆਉਂਦੇ ਉਸ ਤਰ੍ਹਾਂ ਹੋਰ ਕੋਈ ਨਾਂ ਉਹਦਾ ਆਧਾਰ ਕਾਰਡ 'ਤੇ ਕਿਹੜੀ ਜਗ੍ਹਾ ਵਿਆਹੀ ਸੀ ਕੁੜੀ ਆ ਆ ਬਲੇਰ ਰੋਡ 'ਤੇ ਬੈਂਕੇ ਵਾਲਿਆਂ ਦੇ ਘਰ ਆ ਜੀ ਤੁਹਾਡੀ ਗੁੱਡੀ ਸੀ ਜਿਨ੍ਹਾਂ ਨੂੰ ਫਾਹ ਦਿੱਤਾ ਗਿਆ ਸਿਮਰਨ ਕੌਰ ਜੀ ਅਤੇ ਕੀ ਗੱਲ ਹੋਈ ਹੈ ਸਾਡੀ ਪਤਾ ਨਹੀਂ ਅਸੀਂ ਤਾਂ ਵਿਆਹ ਕੀਤਾ ਸੀ ਜੀ ਗੁੜੀਆ ਦਾ ਅਤੇ 15 ਦਿਨ ਨਹੀਂ ਹੋਏ ਅਤੇ ਉਹਨਾਂ ਨੇ ਫਾਹ ਫੂਹ ਦੇ ਕੇ ਤਾਂ ਉਹਨਾਂ ਨੇ ਇੱਦਾਂ ਸਾਨੂੰ ਕਹਿ ਦਿੱਤਾ ਕਿ ਅਟੈਕ ਹੋ ਗਿਆ ਸਾਨੂੰ ਸਵੇਰ ਦਾ ਦੱਸਿਆ ਵੀ ਨਹੀਂ ਆ ਸਰਪੰਚ ਨੂੰ ਦੱਸ ਦਿੱਤਾ ਇਹਨਾਂ ਨੇ ਜਾ ਕੇ ਉਹਨੂੰ ਟਾਈਕ ਹੋ ਗਿਆ ਵਾ ਤੁਸੀਂ ਗਏ ਫਿਰ ਆਪਦੀ ਕੁੜੀ ਦੇ ਘਰ ਹਾਂਜੀ ਅਸੀਂ ਇੱਥੇ ਪਹਿਲਾਂ ਥਾਣੇ ਆਏ ਆ ਫਿਰ ਅਸੀਂ ਥਾਣੇ ਉਹ ਪੁਲਿਸ ਵਾਲੇ ਨਾਲ ਗਏ ਫੇਰ ਗਏ ਅਸੀਂ ਤੁਸੀਂ ਜਾ ਕੇ ਕੀ ਵੇਖਿਆ ਕੁੜੀ ਤੁਹਾਡੀ ਨੂੰ ਅਟੈਕ ਹੋਇਆ ਜਾਂ ਹੋਰ ਕੁਛ ਹੋਇਆ ਨਹੀਂ ਅਟੈਕ ਨਹੀਂ ਹੋਇਆ ਜੇ ਉਹਦੇ ਗਲੇ 'ਚ ਘਰੋਂ ਘਾਂਡ ਵੱਜੇ ਸੀਗੇ ਅਤੇ ਜਿਹੜੇ ਕੁੰਡ ਵੀ ਇਸ ਤਰ੍ਹਾਂ ਮੁੜੇ ਹੋਏ ਸੀ ਉਹਦੇ ਹੱਥਾਂ ਦੇ ਲੜਕੇ ਦੇ ਵੀ ਇੱਥੇ ਅਸੀਂ ਵੇਖੇ ਨਿਸ਼ਾਨ ਨਿਸ਼ੂਨ ਪਏ ਆ ਵੀ ਉਹ ਬਚਦੀ ਰਹੀ ਆ ਆਪਣੇ ਆਪ ਤੋਂ ਵੀ ਮੈਂ ਬਚਾਵਾਂ ਆਪਣੇ ਆਪ ਨੂੰ ਕੀ ਤੁਹਾਨੂੰ ਗੁੜੀਆ ਦਾ ਫੋਨ ਵੀ ਆਇਆ ਕੋਈ ਹਾਂਜੀ ਫੋਨ ਆਇਆ ਸੀਗਾ ਕੀ ਕਿਹਾ ਉਹਨੇ ਤੰਗ ਪਰੇਸ਼ਾਨ ਕਰਦੇ ਮੈਨੂੰ ਤੁਸੀਂ ਕੀ ਮੰਗ ਕਰਦੇ ਸਰਕਾਰ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਕਈ ਕਿੰਨਾ ਕਿੰਨਾ ਨੇ ਜਿਹੜਾ ਤੁਸੀਂ ਸ਼ੱਕ ਕਰਦੇ ਕਿ ਉਹਨਾਂ ਗੁੜੀਆ ਨੂੰ ਫਾਹ ਦਿੱਤਾ ਇੱਕ ਲੜਕਾ ਹੈ ਜਿਹਦੇ ਨਾਲ ਵਿਆਹੀ ਹੋਈ ਸੀ ਇੱਕ ਉਹਨਾਂ ਦੀ ਮਾਂ ਇੱਕ ਪਿਓ ਲੜਕੀ ਦਾ ਵੱਲੋਂ ਉਹਦੇ ਸਹੁਰੇ ਪਰਿਵਾਰ ਵਾਲੇ ਨੇ ਫਾਹ ਦੇ ਦਿੱਤਾ ਹੈਗਾ ਸਰ ਕੀ ਮਸਲਾ ਸਰ ਇਹ ਜੀ ਸਿਮਰਨਜੀਤ ਕੌਰ ਪੁੱਤਰੀ ਗੁਰਲਾਲ ਸਿੰਘ ਭਿੱਖੀ ਪਿੰਡ ਦੀ ਰਹਿਣ ਵਾਲੀ ਸੀ ਇਹਦਾ ਕਰੀਬ 3 ਕੁ ਹਫ਼ਤੇ ਪਹਿਲਾਂ ਇਹਨਾਂ ਦੇ ਲਾਗੇ ਰਹਿਣ ਵਾਲੇ ਪਵਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਵਿਆਹ ਹੋਇਆ ਸੀ ਜਿਸ ਦੀ ਅੱਜ ਮੌਤ ਹੋ ਗਈ ਹੈ ਅਤੇ ਪਿਆਰ ਵੱਲੋਂ ਜਿਹੜਾ ਪਰਿਵਾਰ ਵੱਲੋਂ ਜਿਹੜਾ ਬਿਆਨ ਕਲਮਬੰਦ ਕਰਵਾਏ ਜਾ ਰਹੇ ਜੋ ਵੀ ਬਿਆਨ ਹੋਣਗੇ ਉਸ ਦੋਸ਼ੀਆਂ ਖਿਲਾਫ਼ ਜਿਹੜੀ ਕਾਨੂੰਨੀ ਕਾਰਵਾਈ ਅਨੁਸਾਰ ਕੀਤੀ ਜਾਵੇਗੀ ਅਤੇ ਸਰ ਲਾਸ਼ ਪੋਸਟਮਾਰਟਮ ਵਾਸਤੇ ਵੀ ਭੇਜ ਦਿੱਤੀ ਗਈ ਹਾਂਜੀ ਲਾਸ਼ ਸਿਵਲ ਹਸਪਤਾਲ ਡੈਡ ਹਾਊਸ ਪੱਟੀ ਜਿਹੜੀ ਜਮ੍ਹਾਂ ਕਰਵਾ ਦਿੱਤੀ ਗਈ ਕਿ ਸਰ ਕੀ ਕਾਰਵਾਈ ਕੀਤੀ ਜਿਹੜੀ ਜਾ ਰਹੀ ਹੈ ਕਿ ਧਾਰਾ ਕਿਹੜੀ ਲਾਈ ਜਾ ਰਹੀ ਬਿਆਨ ਕਲਮਬੰਦ ਕਰ ਰਹੇ ਹਾਂ ਜੋ ਵੀ ਬਿਆਨ ਹੋਣਗੇ ਉਸ ਅਨੁਸਾਰ ਜਿਹੜੀ ਬਣਦੀ ਕਾਰਵਾਈ ਜਿਹੜੀ ਕੀਤੀ ਜਾਏਗੀ ਕਤਲ ਦਾ ਪਰਚਾ ਜਿਹੜਾ ਹੈ ਉਹ ਦੋਸ਼ੀਆਂ ਖਿਲਾਫ਼ ਦਰਜ ਕੀਤਾ ਜਾਵੇਗਾ